ਉਹਦੀ ਸਹੇਲੀ ਕਮਲ ਹੁਣਾਂ ਨੇ ਜਦ ਵੀ ਲਾਇਬ੍ਰੇਰੀ ਵੱਲ ਆਉਣਾ ਤਾਂ ਉਹਨਾਂ ਦਾ ਗਰੁੱਪ ਦੇਖ ਕੇ ਮਨ ਜਿਹਾ ਭਰ ਆਉਂਦਾ ਸੀ ਮੇਰਾ, ਐਵੇਂ ਭੁਲੇਖਾ ਜਿਹਾ ਪੈ ਜਾਣਾ। ਜਦ ਵੀ ਕੋਈ ਕੁੜੀ ਪਾਰਕ ਵਿੱਚ ਬੈਠੇ ਜਾਂ ਫੋਨ 'ਤੇ ਗੱਲਬਾਤ ਕਰਦੀ ਹੋਣੀ, ਹੱਸਦੇ ਹੱਸਦੇ ਮੈਂ ਰੋਣ ਲੱਗ ਜਾਣਾ। ਫਿਰ ਮਨ ਜਿਹਾ ਸਮਝਾ ਲਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਹੋਸਟ ਲਾਹੌਰੀਆ ਅਤੇ ਤੁਸੀਂ ਵੇਖ ਰਹੇ ਹੋ ਮੈਂ ਅਤੇ ਮੇਰੀ ਮੁਹੱਬਤ ਕਹਾਣੀ। ਪਿਛਲੇ ਪਾਰਟ ਦੇ ਵਿੱਚ ਤੁਸੀਂ ਵੇਖਿਆ ਕਿ ਅੰਮ੍ਰਿਤ ਦਾ ਪਿਆਰ ਉਸਨੂੰ ਛੱਡ ਕੇ ਕੈਨੇਡਾ ਚਲਾ ਜਾਂਦਾ, ਅਤੇ ਕੀ ਉਸ ਤੋਂ ਬਾਅਦ ਹੁਣ ਅੰਮ੍ਰਿਤ ਦਾ ਦਿਲ ਕਾਲਜ ਦੇ ਵਿੱਚ ਲੱਗੇਗਾ ਕਿ ਨਹੀਂ, ਇਹ ਸਭ ਸੁਣੋਗੇ ਤੁਸੀਂ ਇਸ ਭਾਗ 10ਵੇਂ ਦੇ ਵਿੱਚ। ਮੈਂ ਅਤੇ ਮੇਰੀ ਮੁਹੱਬਤ ਆ ਇਹ 10ਵਾਂ ਐਪੀਸੋਡ ਹੈ। 9ਵੇਂ ਐਪੀਸੋਡ ਵਿੱਚ ਤੁਸੀਂ ਸੁਣਿਆ ਕਿੱਦਾਂ ਅੰਮ੍ਰਿਤ ਮਾਯੂਸ ਹੋ ਜਾਂਦਾ ਹੈ ਜਦੋਂ ਉਹਦਾ ਪਿਆਰ ਵਤਨ ਛੱਡ ਕੇ ਕੈਨੇਡਾ ਚਲਾ ਜਾਂਦਾ ਹੈ। ਉਸ ਤੋਂ ਬਾਅਦ ਉਹਦਾ ਕਾਲਜ 'ਚ ਬਿਲਕੁਲ ਦਿਲ ਨਹੀਂ ਲੱਗਦਾ। ਕੀ ਕਹਿੰਦਾ ਹੈ ਅੰਮ੍ਰਿਤ ਉਸ ਪਲ ਨੂੰ, ਉਹ ਕਿਵੇਂ ਬਿਆਨ ਕਰਦਾ ਆਓ ਦੱਸਦੀ ਹਾਂ। ਉਸ ਦਿਨ ਪਤਾ ਹੀ ਨਹੀਂ ਲੱਗਿਆ ਕਦੋਂ ਛੁੱਟੀ ਦਾ ਟਾਈਮ ਹੋ ਗਿਆ। 10 ਕੁ ਦਿਨ ਤੱਕ ਉਹਨਾਂ ਸਭ ਨੇ ਚਲੇ ਜਾਣਾ ਸੀ। ਸੰਡੇ ਤੋਂ ਬਾਅਦ ਜਦ ਮੈਂ ਕਾਲਜ ਗਿਆ ਤਾਂ ਵੀਰਾਨ ਜਿਹਾ ਲੱਗਿਆ, ਜਿਵੇਂ ਕੁਛ ਗੁਆਚ ਗਿਆ ਹੋਵੇ। ਪੂਰਾ ਇੱਕ ਹਫ਼ਤਾ ਇੱਕ ਸਾਲ ਵਾਂਗ ਲੱਗਿਆ। ਕਾਲਜ ਬਾਅਦ ਉਸ ਦਿਨ ਜਦ ਮੈਂ ਘਰ ਗਿਆ ਤਾਂ ਸ਼ਾਮ 6:30 ਵਜੇ ਮੈਂ ਟੋਕਾ ਕਰਕੇ ਹਟਿਆ ਸੀ ਕਿ ਉਹਦਾ ਫੋਨ ਆ ਗਿਆ। ਅੰਮ੍ਰਿਤ ਸਾਡੀ ਸਾਰੀ ਤਿਆਰੀ ਹੋ ਗਈ, ਅਸੀਂ 9 ਕੁ ਵਜੇ ਤੁਰਨਾ, ਦਰਬਾਰ ਸਾਹਿਬ ਮੱਥਾ ਟੇਕਣਾ ਅਤੇ ਸਾਡੀ ਸਵੇਰੇ ਫਲਾਈਟ ਹੈ। ਠੀਕ ਆ ਫਿਰ ਅੰਮ੍ਰਿਤ, ਉਹ ਰੋਣ ਲੱਗ ਗਈ। ਪਤਾ ਨਹੀਂ ਮੈਨੂੰ ਡਰ ਜਿਹਾ ਲੱਗੀ ਜਾਂਦਾ, ਕਿਉਂ ਪਾਗਲ ਹੈ ਤੂੰ, ਐਵੇਂ ਕਿਉਂ ਕਰਦੀ ਹੈ, ਮੇਰੀਆਂ ਦੁਆਵਾਂ ਹਮੇਸ਼ਾ ਤੇਰੇ ਨਾਲ ਹੈ। ਚੱਲ ਬਾਏ ਅੰਮ੍ਰਿਤ, ਓਕੇ ਮੈਂ ਪੁੱਜ ਕੇ ਮੈਸੇਜ ਕਰੂੰ। ਕੁਛ ਦਿਨਾਂ ਬਾਅਦ ਉਹਦਾ ਗੋਰਿਆਂ ਦੇ ਸ਼ਹਿਰੋਂ ਪਹਿਲੀ ਵਾਰ ਫੋਨ ਆਇਆ। ਹੋਰ ਅੰਮ੍ਰਿਤ ਕਿਵੇਂ ਆ, ਘਰ ਸਭ ਕਿੱਦਾਂ? ਅਸੀਂ ਠੀਕ ਠਾਕ ਹਾਂ, ਥੋੜ੍ਹੇ ਟਾਈਮ ਗੱਲ ਹੋਈ। ਚੱਲ ਠੀਕ ਆ ਫਿਰ, ਇੱਥੇ ਰਾਤ ਹੈ, ਮੈਂ ਫ੍ਰੀ ਹੋ ਕਰੂੰ ਕਿਸੇ ਦਿਨ। ਉਹਦੇ ਜਾਣ ਬਾਅਦ ਮੈਂ ਬੇਡਰ ਜਿਹਾ ਹੋ ਗਿਆ ਸੀ। BA ਸੈਕਿੰਡ ਦੇ ਫਾਈਨਲ ਪੇਪਰ ਵੀ ਨੇੜੇ ਆ ਗਏ। ਇਸ ਵਾਰ ਤਾਂ ਤਿਆਰੀ ਵੀ ਨਹੀਂ ਸੀ ਪੇਪਰਾਂ ਦੀ, ਹਫ਼ਤੇ ਵਿੱਚ 1-2 ਵਾਰ ਸਾਡੀ ਗੱਲ ਹੋ ਜਾਂਦੀ ਸੀ। ਕਦੇ ਕਦੇ ਮੈਂ ਉਹਦੇ ਨਾਲ ਲੜ ਪੈਣਾ ਕਿ ਗੱਲ ਹੀ ਨਹੀਂ ਕਰਦੀ। ਹੁਣ ਉੱਥੇ ਜਾ ਕੇ ਉਹ ਬਿਜ਼ੀ ਹੋ ਗਈ ਸੀ, ਗੱਲ ਕਰਨੀ ਤਾਂ ਬਸ 15 ਕੁ ਮਿੰਟ। ਜਦ ਵੀ ਫੋਨ ਦੀ ਘੰਟੀ ਵੱਜਣੀ ਲੱਗਣਾ ਉਹਦਾ ਹੀ ਫੋਨ ਆ ਗਿਆ। ਪਰ ਪਿਆਰ ਚੰਦਰਾ ਹੋਰ ਵੀ ਵੱਧ ਗਿਆ ਸੀ। ਪ੍ਰਿਤਪਾਲ ਵੀਰੇ ਨੇ ਮਜ਼ਾਕ ਜੇ 'ਚ ਬੋਲਣਾ, ਓਏ ਕਿਵੇਂ ਆ ਤੇਰੀ ਕੈਨੇਡਾ ਵਾਲੀ। ਮੈਂ ਆਪਣੇ ਹਾਸੇ ਪਿੱਛੇ ਆਪਣੇ ਹੰਝੂ ਲੁਕਾ ਲੈਂਦਾ ਸੀ, ਕਿਉਂਕਿ ਉਹਦੀ ਕਮੀ ਦਾ ਅਹਿਸਾਸ ਮੈਨੂੰ ਪਤਾ ਕੀ ਸੀ। 301 ਜਾਂ 401 ਉਹਦਾ ਕੈਨੇਡਾ ਤੋਂ 751 ਵਾਲੇ ਨੰਬਰ 'ਤੇ ਆਉਂਦਾ। ਮੇਰਾ ਜਦ ਵੀ ਮਨ ਜਿਹਾ ਨਾ ਲੱਗਣਾ, ਮੈਂ ਉਸ 'ਤੇ ਹੀ ਕਾਲ ਕਰੀ ਜਾਣੀ। ਟਿੱਕੀ ਰਾਤ ਅੱਖ ਜਦ ਵੀ ਖੁੱਲ ਜਾਣੀ, ਦੇਬੀ ਜੀ ਦੇ ਗਾਣੇ ਸੁਣੀ ਜਾਣੇ। ਦੇਬੀ ਨੂੰ ਸੁਣਨਾ, ਦੇਬੀ ਦੇ ਗੀਤਾਂ ਵਿੱਚ ਉਹਨੂੰ ਮਹਿਸੂਸ ਕਰਨਾ। ਕਾਲਜ ਦੇ ਕੁਛ ਮਿੱਤਰਾਂ ਨੇ ਤਾਂ ਮੇਰਾ ਨਾਂ ਹੀ ਦੇਬੀ ਪਾਤਾ ਸੀ। ਅਕਸਰ ਕਹਿੰਦੀ ਸੀ, ਅੰਮ੍ਰਿਤ ਤੂੰ ਤਾਂ ਚੱਲਣਾ ਹੈ, ਤੈਨੂੰ ਸਮਝ ਨਹੀਂ ਆਉਣੀ ਕਦੇ। ਵਕਤ ਗੁਜ਼ਰਦਾ ਗਿਆ, ਕਦੇ ਸੋਚਿਆ ਨਹੀਂ ਇਹ ਪਲ ਮੁੜ ਕੇ ਨਹੀਂ ਆਉਣੇ। ਚੜ੍ਹਦੀ ਜਵਾਨੀ ਦਾ ਸਰੂਰ ਸੀ, ਹੁਣ ਤਾਂ ਕਦੇ ਮੇਰਾ ਲੁਧਿਆਣੇ ਮਾਡਲ ਟਾਊਨ ਵੀ ਗੇੜਾ ਨਾ ਲੱਗਿਆ। ਸ਼ਹਿਰ ਦੋ ਰਾਹਾਂ ਦੀਆਂ ਗਲੀਆਂ ਜੰਗਲ ਨੂੰ ਜਾਂਦੇ ਰਾਹਾਂ ਵਾਂਗ ਵੀਰਾਨ ਹੋ ਗਈਆਂ। ਕੈਨੇਡਾ ਜਾਣ ਬਾਅਦ ਉਹਦੇ ਨਾਲ ਕਦੇ ਕਦੇ ਗੱਲ ਹੋ ਜਾਂਦੀ ਸੀ, ਅਤੇ ਕਦੇ ਮੈਂ ਵੇਟ ਕਰਦੇ ਕਰਦੇ ਨੇ ਰਾਤ ਨੂੰ ਸੌ ਜਾਣਾ। BA ਸੈਕਿੰਡ ਵਿੱਚ ਮੇਰੀ ਕੰਪਾਰਟਮੈਂਟ ਆ ਗਈ। ਬਹੁਤ ਲੜਾਈ ਹੋਈ ਸਾਡੀ, ਮੈਂ ਵੀ ਸੋਚ ਲਿਆ ਸੀ ਪਾਸ ਹੋਣਾ ਹੀ ਆ ਹੁਣ ਤਾਂ। ਥੋੜ੍ਹੀ ਮਿਹਨਤ ਕੀਤੀ, ਚੱਲ ਪਾਸ ਹੋ ਗਿਆ। BA ਫਾਈਨਲ ਵੀ ਮੈਂ ਇਕੱਲੇ ਨੇ ਕੀਤੀ। ਗੱਲ ਮੁੱਕਦੀ ਨਹੀਂ ਸੀ ਉਹਦੀ ਅਤੇ ਮੇਰੀ,
ਕਦੀ ਤਾਰਿਆਂ ਦੇ ਛਾਵੇਂ ਇਕੱਲੇ ਬਾਤਾਂ ਪਾਉਂਦਾ ਰਹਿੰਦਾ। ਉੱਥੇ ਦਿਨ ਤੇ ਇੱਥੇ ਰਾਤ ਹੁੰਦੀ ਸੀ। ਉਹ ਸ਼ਾਇਦ ਮੇਰੀ ਕਿਸਮਤ ਵਿੱਚ ਹੀ ਨਹੀਂ ਲਿਖੀ ਸੀ। ਉਹ ਹਸਮੁੱਖ ਚਿਹਰਾ ਅਤੇ ਸਾਡਾ ਪਵਿੱਤਰ ਰਿਸ਼ਤਾ ਜਿਵੇਂ ਖਤਮ ਜਿਹਾ ਹੋ ਗਿਆ ਹੋਵੇ। ਉਸ ਦਿਨ ਗੱਲਾਂ ਕਰਦੀ ਕਰਦੀ ਰੋਣ ਲੱਗ ਗਈ ਅਤੇ ਬਿਨਾਂ ਦੱਸੇ ਫੋਨ ਕੱਟ ਦਿੱਤਾ। 3-4 ਦਿਨ ਬਾਅਦ ਫੋਨ ਆਇਆ। ਕਹਿੰਦੀ, ਮੈਂ ਉਸ ਦਿਨ ਲਈ ਸੌਰੀ ਹਾਂ ਅੰਮ੍ਰਿਤ। ਮੈਂ ਹਮੇਸ਼ਾ ਕਹਿ ਦਿੰਦੀ ਸੀ, ਚੱਲ ਕੋਈ ਨਾ, ਇੱਕ ਗੱਲ ਦੱਸਾਂ ਅੰਮ੍ਰਿਤ, ਮੇਰੀ ਇੰਗੇਜਮੈਂਟ ਹੋ ਗਈ ਯਾਰ। ਮੇਰਾ ਦਿਲ ਨਹੀਂ ਕਰਦਾ ਸੀ ਤੈਨੂੰ ਦੱਸਣ ਨੂੰ, ਬਸ ਮੈਂ ਕੁਛ ਲੁਕੋ ਨਹੀਂ ਸਕਦੀ ਸੀ ਤੇਰੇ ਕੋਲੋਂ। ਫਿਰ ਰੋਣ ਲੱਗ ਗਈ, ਫੋਨ ਕੱਟ ਦਿੱਤਾ। ਫਿਰ ਆਇਆ, ਮੇਰੀ ਚੱਕਣ ਦੀ ਹਿੰਮਤ ਨਾ ਪਈ। ਜਦ ਕਰਨੋਂ ਹਟੀ ਨਾ, ਮੈਂ ਚੱਕ ਲਿਆ। ਸੱਚ ਦੱਸਾਂ ਅੰਮ੍ਰਿਤ, ਮੇਰੀ ਹਿੰਮਤ ਨਹੀਂ ਪਈ ਘਰਦਿਆਂ ਅੱਗੇ ਬੋਲਣ ਦੀ। ਮੁੰਡਾ ਚੰਗੀ ਕਿਸਮਤ ਵਾਲਾ ਹੋਵੇਗਾ ਜਿਸਨੂੰ ਤੂੰ ਮਿਲੀ ਹੈ, ਮੈਂ ਕਿਹਾ। ਨਹੀਂ ਅੰਮ੍ਰਿਤ, ਉਹ ਗੱਲ ਨਹੀਂ, ਮਜ਼ਾਕ ਨਾ ਕਰ, ਮੈਂ ਹਮੇਸ਼ਾ ਤੇਰੇ ਨਾਲ ਹਾਂ, ਮੇਰੇ ਬਾਰੇ ਗਲਤ ਨਾ ਸੋਚੀ। ਆਖਰੀ ਸਾਹ ਮੇਰਾ ਤੇਰੇ ਨਾਲ ਰਹੂ, ਇਹ ਮੇਰਾ ਵਾਅਦਾ ਹੈ, ਫਿਰ ਕਦੇ ਕਦੇ ਫੋਨ ਕਰ ਲੈਣਾ। ਉਹਦੀਆਂ ਉਹੀ ਗੱਲਾਂ ਮੈਨੂੰ ਸਮਝਾਈ ਜਾਣਾ, ਕਦੇ ਕਦੇ ਉਹਦਾ ਜਾਣ ਬੂਝ ਕੇ ਫੋਨ ਨਾ ਚੱਕਣਾ, ਪਾਗਲਾਂ ਵਾਂਗ ਇਕੱਲੇ ਨੇ ਬੋਲੀ ਜਾਣਾ ਜਾਂ ਸੋਚੀ ਜਾਣਾ, ਬਸ ਹਰ ਪਲ ਬਸ ਦੇਬੀ ਦੇਬੀ ਜਾਂ ਦੇਬੀ ਦੇ ਗੀਤ। ਜੇ ਕਦੇ ਕਿਸੇ ਨੇ ਉਹਦੀ ਗੱਲ ਤੋਰ ਲੈਣੀ, ਭਰੇ ਮਨ ਨਾਲ ਮੈਂ ਇੱਕ ਜਵਾਬ ਦਿੰਦਾ ਸੀ, ਚੱਲ ਛੱਡ ਯਾਰ, ਹੋਰ ਦੱਸ। ਮੈਨੂੰ ਐਵੇਂ ਲੱਗਦਾ ਰਹਿੰਦਾ ਸੀ, ਅੰਮ੍ਰਿਤ ਤੂੰ ਝੂਠਾ ਹੈ। ਉਹਦਾ ਮਨ ਰੱਖਣ ਲਈ ਇਹ ਝੱਲਾ ਜਿਹਾ ਖੁਸ਼ ਹੀ ਰਹਿੰਦਾ ਸੀ। ਦੇਬੀ ਨੂੰ ਸੁਣ ਸੁਣ ਸ਼ੇਅਰ ਲਿਖਣ ਲੱਗ ਗਿਆ ਸੀ। ਪਰ ਐਵੇਂ ਲੱਗਦਾ ਸੀ ਕਈ ਵਾਰ ਜਿਵੇਂ ਕੋਈ ਉਮੀਦ ਟੁੱਟ ਗਈ ਹੋਵੇ। ਇੰਝ ਲੱਗਦਾ ਸੀ ਜਿਵੇਂ ਉਹ ਪਵਿੱਤਰ ਰਿਸ਼ਤਾ ਮਰ ਗਿਆ ਹੋਵੇ। BA ਕੰਪਲੀਟ ਤਾਂ ਚੰਡੀਗੜ੍ਹ ਆ ਗਿਆ, ਉਹਨੂੰ ਖੁਸ਼ ਦੇਖ ਕੇ ਮੇਰਾ ਵੀ ਮਨ ਠੀਕ ਹੋ ਜਾਂਦਾ ਸੀ। ਸੋ ਦੋਸਤੋ, ਕਿਵੇਂ ਲੱਗਿਆ ਤੁਹਾਨੂੰ ਕਹਾਣੀ ਦਾ 10ਵਾਂ ਭਾਗ? ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੇਣਾ। ਕਹਾਣੀ ਦਾ 11ਵਾਂ ਪਾਰਟ ਲੈ ਕੇ ਅਗਲੇ ਐਤਵਾਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।